ਤਪਾ ਮੰਡੀ ਦੇ ਨੇੜਲੇ ਪਿੰਡ ਰੂੜੀ ਕੇ ਕਲਾਂ ਦੇ ਵਿੱਚ ਉਸ ਵੇਲੇ ਲੋਕ ਸਹਿਮ ਗਏ ਜਦੋਂ ਇੱਕ ਕਿਸਾਨ ਨੇ ਸਹੁਰਿਆਂ ਦੀ ਜ਼ਮੀਨ ਹਥਿਆਉਣ ਦੇ ਲਈ ਪਤੀ ਦੇ ਵੱਲੋਂ ਤੇਜ਼ਧਾਰ ਹਥਿਆਰ ਦੇ ਨਾਲ ਕਥਿਤ ਤੌਰ ਦੇ ਉੱਤੇ ਪਤਨੀ ਦਾ ਕਤਲ ਕਰਕੇ ਖੁਦ ਕੁਝ ਜ਼ਹਿਰੀਲਾ ਪਦਾਰਥ ਨਿਕਲ ਕੇ ਹਸਪਤਾਲ ਦੇ ਵਿੱਚ ਦਾਖਲ ਹੋਣ ਦੇ ਬਾਰੇ ਜਾਣਕਾਰੀ ਮਿਲੀ। ਮ੍ਰਿਤਕਾ ਦੀ ਕੁੜੀ ਲਵਪ੍ਰੀਤ ਕੌਰ ਨੇ ਦੱਸਿਆ ਕਿ ਮੰਮੀ ਡੈਡੀ ਦੇ ਵਿੱਚ ਅਕਸਰ ਨਾਨਕਿਆਂ ਦੀ ਜ਼ਮੀਨ ਨੂੰ ਲੈ ਕੇ ਲੜਾਈ ਝਗੜਾ ਚੱਲਦਾ ਰਿਹਾ ਸੀ ਅਤੇ ਮੇਰੇ ਕੋਈ ਮਾਮਾ ਨਾ ਹੋਣ ਦੇ ਕਾਰਨ ਨਾਨਕਿਆਂ ਦੇ ਪਾਸ 20 ਏਕੜ ਦੇ ਨਜ਼ਦੀਕ ਜ਼ਮੀਨ ਸੀ। ਕਾਫੀ ਸਮਾਂ ਪਹਿਲਾਂ ਨਾਨਕਿਆਂ ਨੇ 8 ਏਕੜ ਜ਼ਮੀਨ ਉਸਦੀ ਮਾਂ ਅਤੇ 8 ਏਕੜ ਜ਼ਮੀਨ ਉਸਦੀ ਮਾਸੀ ਦੇ ਨਾਮ ਕਰਵਾ ਦਿੱਤੀ, ਪਰ ਉਹਨਾਂ ਦਾ ਪਿਤਾ ਇਸ ਗੱਲ ਦੇ ਉੱਤੇ ਜ਼ਿੱਦ ਕਰ ਰਿਹਾ ਸੀ ਕਿ ਮਾਂ ਵਾਲੀ 8 ਏਕੜ ਜ਼ਮੀਨ ਉਸਦੇ ਨਾਲ ਕਰਵਾਈ ਜਾਵੇ, ਪਰ ਉਹ ਨਹੀਂ ਕਰਵਾਈ ਗਈ। ਜਿਸ ਦੇ ਉੱਤੇ ਅੱਜ ਕੋਈ 10:30 ਵਜੇ ਦੇ ਕਰੀਬ ਕਰਮਜੀਤ ਸਿੰਘ ਨੇ ਆਪਣੀ ਪਤਨੀ ਬਲਵਿੰਦਰ ਕੌਰ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ। ਸਹੁਰਿਆਂ ਦੀ ਜ਼ਮੀਨ ਲਵਾਈ ਆ ਜੀ, 10 ਕਿੱਲੇ ਜ਼ਮੀਨ ਸਹੁਰਿਆਂ ਨੇ ਲਵਾਈ ਸੀ। ਉਹ 4-6 ਮਹੀਨੇ ਹੋ ਗਏ, ਉਦੇ ਦਾ ਹੀ ਕਲੇਸ ਰੱਖਦਾ ਸੀਗਾ ਵੀ ਜ਼ਮੀਨ ਲਿਆ ਕੇ ਦੇ, ਮੈਂ ਤਾਂ ਉੱਥੇ ਖੇਤੀ ਕਰਨੀ ਆ, ਬਸ ਆਹੀ ਲੜਾਈ ਸੀ ਬਸ ਇਹਦੀ। ਇਹ ਵੀ ਪਤਾ ਲੱਗਿਆ ਕਿ ਕਰਮਜੀਤ ਸਿੰਘ ਨਸ਼ੇ ਕਰਨ ਦਾ ਆਦੀ ਸੀ ਅਤੇ ਉਸਨੇ ਪਤਨੀ ਦਾ ਕਤਲ ਕਰਨ ਤੋਂ ਬਾਅਦ ਖੁਦ ਜ਼ਹਿਰੀਲਾ ਪਦਾਰਥ ਨਿਕਲ ਕੇ ਪੁਲਿਸ ਸਟੇਸ਼ਨ ਰੁੜੇ ਕੇ ਕਲਾਂ ਪੇਸ਼ ਹੋ ਕੇ ਕਿਹਾ ਕਿ ਉਸਨੇ ਪਤਨੀ ਦਾ ਕਤਲ ਕਰਕੇ ਖੁਦ ਜ਼ਹਿਰੀਲਾ ਪਦਾਰਥ ਨਿਗਲ ਲਿਆ ਤਾਂ ਪੁਲਿਸ ਨੇ ਉਸਨੂੰ ਹਸਪਤਾਲ ਦਾਖਲ ਕਰਵਾਇਆ, ਪਰ ਹਾਲਤ ਗੰਭੀਰ ਵੇਖਦਿਆਂ ਉਸਨੂੰ ਕਿਤੇ ਹੋਰ ਰੈਫਰ ਕਰ ਦਿੱਤਾ। ਮ੍ਰਿਤਕਾ ਦੀ ਮਾਂ ਬਲਵੀਰ ਕੌਰ ਦਾ ਕਹਿਣਾ ਕਿ ਕਰਮਜੀਤ ਸਿੰਘ ਨਸ਼ੇ ਦਾ ਆਦੀ ਸੀ, ਅੱਜ ਜੋ ਉਹਨਾਂ ਦੀ ਧੀ ਦਾ ਕਤਲ ਕੀਤਾ ਗਿਆ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਪਾਸੋਂ ਮੰਗ ਕੀਤੀ ਹੈ ਕਿ ਅਜਿਹੇ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਜ਼ਮੀਨ ਮੰਗਣ, ਮੇਰੀ ਜ਼ਮੀਨ ਦਾ ਨਾ ਇਹਨਾਂ ਦਾ ਮੁੰਡਾ ਹੱਕਦਾਰ, ਨਾ ਇਹਨਾਂ ਦੀ ਕੁੜੀ ਹੱਕਦਾਰ, ਤੇ ਮੇਰੀ ਧੀ ਵਰਗੀ ਜ਼ਮੀਨ ਵਾਲੀ ਮਾਰਤੀ ਜੇ ਮੈਂ ਤਾਂ, ਮੈਨੂੰ ਤਾਂ ਹੱਕ ਮਿਲਣਾ ਚਾਹੀਦਾ ਬਰਾਬਰ। ਕੀ ਮੰਗ? ਫਸੀ ਆਵੇ ਜੱਟੀ, ਮਨ ਨੂੰ ਸ਼ਾਂਤੀ ਆਉ ਨਾ, ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਆਉਣੀ ਧਰਤੀ ਮਰ। ਮੈਨੂੰ ਕੀ ਪਤਾ ਪੁੱਤੀ ਦੋਨੇ ਸੀ ਧੀ ਕੋਲ, ਮਾਂ ਤਾਂ ਦੋ ਰਾਤਾਂ ਮੱਸਾਂ ਕੱਟਦੀ ਹੈਗੀ। ਇਹ ਮਾਏ 2 ਮਹੀਨੇ ਹੋ ਕੇ ਗਈ, ਇਹ ਉੱਠ ਕੇ ਮੇਰੇ ਮਾਰਨ ਆਇਆ। ਮਾਰਨੀ ਤਾਂ ਇਹਨੇ ਪੁੱਤ ਸੀ ਮਾਏ, ਵੀ ਫਿਰ ਜ਼ਮੀਨ ਮਿਲੂ, ਅੱਧੀ ਮੇਰੇ ਘਰ ਵਾਲੇ ਨੂੰ ਸੀ, ਅੱਧੀ ਜ਼ਮੀਨ ਮੇਰੇ ਨੂੰ ਸੀ। ਮਾਰਨੀ ਨੇ ਕਾ ਇਹਨੇ ਮਾਏ ਸੀ। ਤੁਸੀਂ ਆਏ ਵੀ ਸੀ? ਹਾਂ ਮੈਂ ਆਈ ਸੀ, ਤੇ ਮਾਏ ਸੀ। ਮਾਏ ਤਾਂ ਚੁੱਪ ਕਰਕੇ ਮੈਂ ਨਹੀਂ ਕੁਛ ਬੋਲੀ, ਜਦੋਂ ਜਮਾਈ ਮਖਾ ਹੱਥੀ ਚੱਕ ਰਿਹਾ, ਮੈਂ ਆਪਦੇ ਘਰ ਨੂੰ ਬੰਦੀ, ਮੈਂ ਘਰੇ ਜਾ ਕੇ ਦੱਸਿਆ। ਤੁਹਾਨੂੰ ਦੱਸੀਏ ਕਿ ਮ੍ਰਿਤਕਾ ਦਾ ਪਤੀ ਪਹਿਲਾਂ ਹੀ 11 ਏਕੜ ਜ਼ਮੀਨ ਦੇ ਵਿੱਚ ਵਾਹੀ ਕਰਦਾ ਹੈ, ਪਰ ਥਾਣਾ ਮੁਖੀ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਫਿਲਹਾਲ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਆ ਵੀ ਬਲਵਿੰਦਰ ਕੌਰ ਨੂੰ ਉਹਦੇ ਪਤੀ ਕਰਮਜੀਤ ਸਿੰਘ ਨੇ ਕਿਸੇ ਘਰੇਲੂ ਝਗੜੇ ਕਰਨ ਤੋਂ ਉਹਦੇ ਵਿੱਚ
ਪਰਿਵਾਰਕ ਮੈਂਬਰ ਜੋ ਵੀ ਸਾਨੂੰ ਇਸ ਦੇ ਘਟਨਾ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦੇਣਗੇ ਉਹਦੇ ਮੁਤਾਬਕ ਕਾਰਵਾਈ ਅਮਲ 'ਚ ਲਿਆਉਂਦੀ ਜਾਵੇ। ਇਹ ਤਾਂ ਹੁਣ ਬਾਅਦ ਦੇ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ, ਨਹੀਂ ਇਹਦੇ ਬਾਰੇ ਤਾਂ ਜਦੋਂ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਆਊਗਾ ਉਹਦੇ ਮੁਤਾਬਕ ਸਾਹਮਣੇ ਜਿਹੜੇ ਵੀ ਤੱਥ ਆਉਣਗੇ ਫਿਰ ਇਹਦੇ ਸੰਬੰਧੀ ਕੁਝ ਕਿਹਾ ਜਾ ਸਕਦਾ। ਇਹਦੇ ਬਾਰੇ ਹਜੇ ਫਿਲਹਾਲ ਅਸੀਂ ਨਹੀਂ ਕੁਝ ਕਹਿ ਸਕਦੇ। ਬਰਨਾਲਾ ਤੋਂ ਪਵਨ ਕੁਮਾਰ ਦੇ ਨਾਲ ਜਗਸੀਰ ਸਿੰਘ ਸੰਧੂ ਦੀ ਰਿਪੋਰਟ, ਪੈਰੇਦਾ ਟੀਵੀ।